দেখো লোক কই কুছখান দেনে এ জাতীয় দয়বাসে দল দেনে কাহিনী এ যে লোক কেনে নে দুজে বাসে ও কই যে তুমি কিতাব কেন লিখতে তুমি এ করো তুমি ও করো যে তোমার এ যা বিহেভিয়ার হ্যায় তুমি কিছু দি গল শুননি নি তো মেনু কি লোড় হ্যায় মেন চুপ করে আপনা পৌঁছ করতা মেন কিছু তো কুছ নি লেনা ਜਿਹੜੀ ਤੁਸੀਂ ਕਰਦੇ ਹੋ ਫੰਡ ਵਾਲੀ ਗੱਲ ਜਿੰਨਾ ਕੁ ਲੋਕਾਂ ਲਈ ਹਊਗਾ ਹੋਏਗਾ ਹੋਏਗਾ ਮੈਂ ਉਹਨੂੰ ਬੜਾ ਕਰੀਬ ਤੋਂ ਦੇਖਿਆ ਹੋਇਆ ਠੀਕ ਹੈ ਜਿਹੜੇ ਉਹ ਹਊਏ ਵਾਲੀ ਗੱਲ ਹੈ ਕੋਈ ਐਡਾ ਹੋਊਗਾ ਮੈਨੂੰ ਤਾਂ ਦੇਖੋ ਦਸ ਬਾਰਾਂ ਪੰਦਰਾਂ ਸਾਲ ਮੈਂ ਸੀ ਜੀ ਉੱਥੇ ਆਹੀ ਕੁਛ ਕੀਤਾ ਲੁਧਿਆਣੇ ਜੇ ਇੰਨਾ ਮੈਂ ਡਰਪੋਕ ਹੁੰਦਾ ਤਾਂ ਮੈਂ ਤਾਂ ਭੱਜ ਜਾਂਦਾ ਹਿੰਦੁਸਤਾਨ ਛੱਡ ਕੇ ਕਰਦਾ ਮੈਂ ਸਾਰਾ ਦਿਨ ਲੁਧਿਆਣੇ ਸੜਕਾਂ 'ਤੇ ਇਸੇ ਕਰਕੇ ਫਿਰਦਾ ਸੀ ਵੀ ਕਿਸੇ ਦੇ ਮਨ 'ਚ ਇਹ ਨਾ ਹੋਵੇ ਵੀ ਇਹ ਬਾਹਰ ਨਹੀਂ ਨਿਕਲਦਾ ਦੋ ਤਿੰਨ ਵਾਰੀ ਇਹੋ ਜਿਹੇ ਰੌਲੇ ਪਹਿਲਾਂ ਹਾਈ ਲੈਵਲ 'ਤੇ ਵੀ ਉੱਥੇ ਪਏ ਮੈਂ ਜਿਹਦੇ 'ਚ ਹਿੰਮਤ ਆ ਜਾਵੇ ਕੋਈ ਗੱਲ ਨਹੀਂ ਉਹ ਵਕਤ ਦੱਸੇਗਾ ਵੀ ਕੀ ਹੋਊਗਾ ਰਹਿ ਗਈ ਗੱਲ ਇਹਨੂੰ ਫੜਨ ਤੋਂ ਜਦੋਂ ਇਹਨੂੰ ਫੜਿਆ ਉੱਥੋਂ ਬੱਸ ਸਟੈਂਡ ਤੋਂ ਹੀ ਚਲੋ ਬੱਸ ਸਟੈਂਡ ਤੋਂ ਫੜਨ ਤੋਂ ਇੰਨੇ ਨਾਰੇ ਨੂੰ ਰਾਜਬੰਤ ਸਿੰਘ ਜੇ ਉਹ ਕੋਈ ਕੁਛ ਰਹੇ ਨਹੀਂ ਖਾਓ ਉੱਥੇ ਇਹਨੂੰ ਗੱਡੀ 'ਚ ਬਿਠਾ ਲਿਆ ਗੱਡੀ 'ਚ ਬਿਠਾਉਣ ਤੋਂ ਬਾਅਦ ਜਿਹੜੀ ਪੁਲਿਸ ਨੇ ਨਾਕੇਬੰਦੀ ਪਹਿਲਾਂ ਰਾਮਾ ਮੰਡੀ ਫਿਰ ਗਰਾਇਆ ਫਿਰ ਫਲਾਵਰ ਮੈਂ ਸਾਰੇ ਜਗ੍ਹਾ ਤੋਂ ਗੱਡੀ ਆਪ ਡਰਾਈਵ ਕਰਦਾ ਸੀ ਮੈਂ ਕੱਢ ਕੇ ਲਿਆ ਚਲੋ ਗੱਲ ਇਹ ਵੀ ਮੇਰੀ ਉਹਦੇ ਨਾਲ ਕੋਈ ਇਹੋ ਜਿਹੀ ਦੁਸ਼ਮਣੀ ਨਹੀਂ ਸੀ ਕਿ ਮੇਰੀ ਕੋਈ ਖਿਆਲਾਂ ਦੀ ਲੜਾਈ ਸੀਗੀ ਉਹਦੇ ਬੱਟ 'ਚ ਗੋਲੀ ਵੱਜ ਗਈ ਸੀ ਜਾਂਦੇ ਸਾਰ ਮੈਂ ਪਹਿਲਾਂ ਡਾਕਟਰ ਬੁਲਾਇਆ ਉਹਦੇ ਪੱਟੀ ਕਰਾਈ ਹਿਊਮਨ ਬੀਂਗ ਜੋ ਕੁਛ ਮੈਂ ਕਰ ਸਕਦਾ ਸੀ ਉਹ ਕਰਾਇਆ ਉਸ ਤੋਂ ਬਾਅਦ ਕੇ ਪੀ ਐੱਸ ਗਿੱਲ ਵੀ ਆਇਆ ਕੇ ਪੀ ਐੱਸ ਗਿੱਲ ਨੇ ਵੀ ਇਹਨੂੰ ਪੁੱਠੇ ਸਿੱਧੇ ਕਈ ਗੱਲਾਂ ਕੀਤੀਆਂ ਚਲੋ ਹੋ ਗਿਆ ਜੋ ਕੁਛ ਹੋ ਗਿਆ ਇਹ ਉਸ ਤੋਂ ਬਾਅਦ ਜਿਹੜਾ ਕਹਿੰਦਾ ਜੀ ਇਹ ਜੀ ਉਹ ਜੀ ਕੋਈ ਚੀਜ਼ ਉਹਨੇ ਰੱਖੀ ਸਿੰਗਲ ਸਿੰਗਲ ਚੀਜ਼ ਵੀ ਜਿਹੜੀ ਸੀ ਆਰ ਡੀ ਐਸ ਅੰਬਾਲੇ ਤੋਂ ਫੜਾਇਆ ਅੱਠ ਰਾਊਟ ਲੰਚਰ ਸੀ 13-14 ਸਾਲਟਾਂ ਸੀ ਕੋਈ ਚੀਜ਼ ਆਪਾਂ 28 ਪਿਸਤੌਲ ਇਕੱਠੇ ਉਹ ਖਵਾਣਾ ਉੱਥੋਂ ਪਟਾਏ ਜਿੱਦਾਂ ਲੋਕਾਂ ਦੇ ਮਨ 'ਚ ਕੋਈ ਵਹਿਮ ਹੈ ਜਦੋਂ ਇਹ ਭੱਜਿਆ ਮੈਂ ਉਦੋਂ ਸੀ ਇੰਸਪੈਕਟਰ ਸਰਹੰਦ ਸੀਗਾ ਠੀਕ ਹੈ ਜੀ ਉਦੋਂ ਵੀ ਮੇਰਾ ਕੋਈ ਫਾਰਮ 'ਤੇ ਵੀ ਆਉਂਦਾ ਸੀ ਘਰ ਵੀ ਜਾਂਦਾ ਸੀ ਮੈਂ ਕੋਈ ਖੋਟੇ 'ਚ ਤਾਂ ਵੜ ਨਹੀਂ ਗਿਆ ਬਾਕੀ ਜੋ ਮਹਾਰਾਜ ਨੂੰ ਮਨਜ਼ੂਰ ਹੋਊਗਾ ਜਦੋਂ ਮੈਨੂੰ ਯਾਦ ਆ ਸੀ ਜਲੰਧਰ ਤੋਂ ਆਏ ਰਸਤੇ 'ਚ ਕਾਰ 'ਚ ਉੱਪਰ ਥੱਲਾ ਹੋ ਕੇ ਇਹਦਾ ਕੱਛਾ ਕੁੱਛਾ ਪਾੜਦਾ ਮੁੰਡਿਆਂ ਨੇ ਪਾੜਦਾ ਇਹ ਕਹਿੰਦਾ ਜੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਅਸੀਂ ਕਿਹਾ ਵੀ ਤੂੰ ਗੁਰੂ ਗੋਬਿੰਦ ਦਾ ਠੇਕਾ ਕਰਦੇ ਤਾਂ ਲਿਆ ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਅਸੀਂ ਕੋਈ ਬਾਹਰੋਂ ਤਾਂ ਆਏ ਨਹੀਂ ਹੋਏ ਨਾ ਅਸੀਂ ਪਾਕਿਸਤਾਨ ਵਾਲੇ ਹਾਂ ਕੋਈ ਸਿੱਖ ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਹਾਂ ਥੋੜ੍ਹੀ ਜਿਹੜੀ ਲੜਾਈ ਹੈ ਆਪਣੀ ਉਹ ਖੈਦਾ ਦੀ ਹੈ ਹੋਰ ਕੋਈ ਅਸੀਂ ਲੰਬੀ ਚੌੜੀ ਲੜਾਈ ਨਹੀਂ ਗੀ ਹੁਣ ਜੋ ਲੋਕ ਕਹਿੰਦੇ ਨੇ ਕਹੀ ਜਾਣ ਮੈਨੂੰ ਉਸ ਗੱਲ ਦਾ ਕੋਈ ਰੌਲਾ ਨਹੀਂ ਇਹ ਜਦੋਂ ਉੱਥੋਂ ਭੱਜ ਕੇ ਨਿਕਲਿਆ ਸੰਗਰੂਰ ਧੂਰੀ ਦੇ ਕੋਲ ਦਾ ਇੱਕ ਨਿਹੰਗ ਸਿੰਘ ਹੈ ਬਾਬਾ ਉਹ ਇਹਦਾ ਸਹੁਰਾ ਉਹਦੀ ਕੁੜੀ ਸੀ 13-14 ਸਾਲ ਦੀ ਉਹਦੇ ਨਾਲ ਬਕਾਇਦਾ ਲਾਵਾਂ ਫੇਰੇ ਹੋਏ ਨੇ ਉਹ ਵੀਡੀਓ ਵੀ ਸੀਗੀ ਕੈਨੇਡਾ ਤੋਂ ਕੁਛ ਬੰਦਿਆਂ ਨੇ ਉਹ ਵਿਆਹ ਵੀ ਅਟੈਂਡ ਕੀਤਾ ਸੀ ਬਾਅਦ 'ਚ ਹਰਿੰਦਰ ਚਾਹਲ SSP ਸੀਗਾ ਹਰਿੰਦਰ ਚਾਹਲ ਨੇ ਉਹ ਨਿਹੰਗ ਸਿੰਘ ਵੀ ਉਹ ਕੁੜੀ ਵੀ ਉਹ ਅੰਦਰ ਦਿੱਤੀ ਚਲੋ ਇਹ ਹੁਣ ਜੋ ਮਰਜ਼ੀ ਕਹਿੰਦੇ ਨੇ ਕਹੀ ਜਾਣ ਮੈਨੂੰ ਉਸ ਗੱਲ ਦਾ ਕੋਈ ਨਹੀਂ ਜਿਹੜੀ ਗੱਲ ਬਿਆਨ ਸਿੰਘ ਚਲੋ ਬਿਆਨ ਸਿੰਘ ਵਾਲੀ ਗੱਲ 'ਤੇ ਆਪਾਂ ਆ ਜਾਂਦੇ ਹਾਂ ਮੈਨੂੰ ਤੁਸੀਂ ਦੱਸੋ ਵੀ ਹਵਾਰੇ ਦਾ ਬਿਆਨ ਸਿੰਘ ਨੂੰ ਮਾਰਨ 'ਚ ਰੋਲ ਕੀ ਹੈ ਜੇ ਕਿਸੇ ਬੰਦੇ ਨੂੰ ਕੋਈ ਸ਼ੱਕ ਹੋਵੇ ਮੈਂ ਟੇਬਲ ਟਾਕ ਕਰਨ ਨੂੰ ਤਿਆਰ ਹਾਂ ਜਿੱਥੇ ਉਹ ਕਹੇ ਮੈਂ ਉੱਥੇ ਆ ਜਾਊਂਗਾ ਸ਼ੁਰੂ ਦੇ ਵਿੱਚ ਜਦੋਂ ਮੈਂ ਸੀ ਇੰਸਪੈਕਟਰ ਲੁਧਿਆਣੇ ਸੀਗਾ ਤਾਂ ਮੈਨੂੰ ਉੱਥੇ ਬੜੈਲ ਜੇਲ੍ਹ ਤੋਂ ਮੈਸੇਜ ਆਉਂਦਾ ਹੁੰਦਾ ਸੀ ਰਾਜਵਾਲ ਬਿੱਲਾ ਇਹ ਜੁੱਤੋ ਜੁੱਤੀ ਹੋ ਗਏ ਉੱਥੇ ਆਪੇ ਲੜੇ ਲੜਨ ਨਾਲ ਸੁਪਰਡੈਂਟ ਨੇ ਇਹਨਾਂ ਨੂੰ ਅੱਡ ਅੱਡ ਉਹਨਾਂ ਨੂੰ ਵੱਖ ਰੱਖਿਆ ਇਹਨੂੰ ਵੱਖ ਰੱਖਿਆ ਉਹ ਜਿਹੜੀ ਰਾਜਵਾਲੇ ਦੀ ਸੇ ਸੀ ਮੈਂ ਨਹੀਂ ਕਹਿੰਦਾ ਉਹਨੂੰ ਅਜੇ ਵੀ ਜੂੰਦਾ ਪੁੱਛ ਰਹੇ ਹੋ ਉਹ ਕਹਿੰਦਾ ਜੀ ਮੇਰਾ ਬੱਬਰਾਂ ਦਾ ਕੋਈ ਸੰਬੰਧ ਨਹੀਂ ਮੈਂ KL ਫਾਣਾ ਬਿਆਨ ਸਿੰਘ ਅਸੀਂ ਮਾਰਿਆ ਵੇਅਰ ਵਾਜ ਹਵਾਰਾ ਐਟ ਦੈਟ ਟਾਈਮ ਜਦੋਂ ਇਹ ਹੁੰਦੀ ਹੈ ਕਹਾਣੀ ਰਾਜੋਵਾਲਾ ਅਤੇ ਦਿਲਾਵਰ ਜਾਂਦੇ ਨੇ ਸੈਕਟਰੀਏਟ 'ਚ ਇੱਕ ਗੱਡੀ ਇਹਨਾਂ ਨੇ ਤਿਆਰ ਕਰਾਈ ਸੀ ਇਸੇ ਕਰਕੇ ਵੀ ਗੱਡੀ 'ਚ ਬੰਦਾ ਬੈਠ ਸਕਦਾ ਇਹਨਾਂ ਨੇ ਉੱਥੇ ਪਹਿਲਾਂ ਬੈਠ ਕੇ ਟੌਸ ਕੀਤੀ ਬਲਵੰਤ ਕਹਿੰਦਾ ਮੈਂ ਬੰਨਾਂਗਾ ਬੈਲਟ ਉਹ ਕਹਿੰਦਾ ਮੈਂ ਬੰਨਾਂਗਾ ਟੌਸ ਦੇ ਵਿੱਚ ਜਿਹੜਾ ਦਿਲਾਵਰ ਦਾ ਹਿੱਸੇ ਆ ਗਿਆ ਉਹਨੇ ਅਰਦਾਸ ਕਰਕੇ ਬੈਲਟ ਬੰਨੀ ਬੰਨ ਕੇ ਉਹ ਵੈਰੀ ਮੱਚੇ ਦੇ ਨਾਲ ਸੀਗਾ ਉੱਥੇ ਤੱਕ ਜਿਹਨੇ ਬਿਆਨ ਸਿੰਘ ਨੂੰ ਮਾਰਿਆ ਉਹ ਉੱਥੇ ਮਰ ਗਿਆ ਦਿਲਾਵਰ ਠੀਕ ਹੈ ਨਾ ਜੀ ਵੇਅਰ ਵਾਜ਼ ਹਵਾਰਾ ਉੱਥੇ ਕਿਤੇ ਨਹੀਂ ਸੀ
ਇਹ ਸ਼ਾਮ ਨੂੰ ਕਾਕਾ ਹੋਟਲ ਬਸ ਸਟੈਂਡ ਪਟਿਆਲੇ ਉੱਥੇ ਰਾਜਵਾਣਾ ਮੁਲਾਂਤ ਪੈਂਦਾ ਹੁੰਦਾ ਸੀ ਇਹਨੂੰ ਟੈਲੀਫੋਨ ਆਉਂਦਾ ਦਿੱਤੀਆਂ ਹਵਾਰੇ ਦਾ ਵੀ ਯਾਰ ਰਜਿਸਟਰੀ ਨਹੀਂ ਹੋਈ ਉਹ ਕਹਿੰਦਾ ਯਾਰ ਅੱਜ ਤਹਿਸੀਲਦਾਰ ਨਹੀਂ ਆਇਆ ਕੱਲ੍ਹ ਨੂੰ ਹੋ ਜਾਏਗੀ ਉਸੇ ਵਕਤ ਵਿਦਿਨ ਨੋ ਟਾਈਮ ਇਹ ਦਿੱਲੀ ਤੋਂ ਭੱਜ ਕੇ ਆਗਰੇ ਇਹ ਆਗਰੇ ਰਿਹਾ ਗੁਰਦੁਆਰੇ 'ਚ ਉੱਥੇ ਸਵੇਰੇ ਜਦੋਂ ਪਤਾ ਲੱਗ ਗਿਆ ਵੀ ਬੇਅੰਤ ਸਿੰਘ ਮਰ ਗਿਆ ਵਿਦਿਨ ਨੋ ਟਾਈਮ ਇਹ ਮੂਵ ਕਰ ਗਿਆ ਗਾਜ਼ੀਆਬਾਦ ਨੂੰ ਗਾਜ਼ੀਆਬਾਦ ਵੀ ਇਹਨਾਂ ਦਾ ਇੱਕ ਟਿਕਾਣਾ ਸੀ ਉਹ ਸਰਦਾਰ ਜੀ ਏਅਰਫੋਰਸ ਸੀਗੇ ਮੈਂ ਉੱਥੇ ਵੀ ਪਹੁੰਚ ਗਿਆ ਗਾਜ਼ੀਆਬਾਦ ਵੀ ਤਿੰਨ AK-47 ਉਹਦੇ ਵਿਹੜੇ 'ਚ ਇਹਨਾਂ ਨੇ ਦੱਬੀਆਂ ਹੋਈਆਂ ਸੀ ਮੈਂ ਉਹ ਵੀ ਪਟਾ ਕੇ ਲਾਇਆ ਉੱਥੋਂ ਉਹ ਵਿਚਾਰਾ ਬੜਾ ਗੁਰਸਿੱਖ ਸੀਗਾ ਉਹ ਮੈਨੂੰ ਕਹਿੰਦਾ ਯਾਰ ਵੀ ਮੈਂ ਬਾਲ ਬੱਚੇ ਦਾ ਬੰਦਾ ਮੈਂ ਸਰਵਿਸ 'ਚ ਮੈਂ ਨਾ ਮਾਰਿਆ ਜਾ ਮੈਂ ਕਿਹਾ ਤੂੰ ਸਮਾਨ ਦੇ ਸਾਨੂੰ ਅਸੀਂ ਜਾਂਦੇ ਅਸੀਂ ਤੈਨੂੰ ਨਹੀਂ ਫੜਦੇ ਜੋ ਕਮਿਟਮੈਂਟ ਉਹਦੇ ਨਾਲ ਕੀਤੀ ਅਸੀਂ ਉਹ ਨਿਭਾਈ ਚਲੋ ਅਸੀਂ ਉਹ ਵੀ ਲਏ ਹੁਣ ਜੇ ਕਿਸੇ ਨੂੰ ਕੋਈ ਬਹੁਤ ਵੱਡਾ ਵਹਿਮ ਹੈ ਦੇਖੋ ਇਕੱਲਾ ਇਹ ਨਹੀਂ ਬੜੀ ਦੁਨੀਆਂ ਦਾ ਮੱਥਾ ਮਲਾਇਆ ਠੀਕ ਹੈ ਨਾ ਅੰਤ ਦਾ ਮੱਥਾ ਲਾਇਆ ਮੈਂ ਕੋਈ ਐਸਾ ਡੰਡ ਵਾਲਾ ਆਦਮੀ ਨਹੀਂ ਕਿ ਮੈਂ ਖੁੱਡ ਪੱਟ ਕੇ ਥੱਲੇ ਵੜ ਜੂੰਗਾ ਠੀਕ ਹੈ ਜੀ ਮੈਂ ਜੇਲ੍ਹ 'ਚ ਵੀ 7-8 ਸਾਲ ਰਿਹਾ ਉੱਥੇ ਵੀ ਰੋਜ਼ ਸਿਰੇ ਸਿਰੇ ਹੀ ਮੈਂ ਅੱਜ ਫਲਾਣਾ ਆਊਗਾ ਜੀ ਫਲਾਣਾ ਤੁਹਾਡੇ ਗੱਲ ਪਊਗਾ ਮੈਂ ਜਿਹਨੇ ਆਉਣਾ ਆ ਜਾਵੇ ਕੋਈ ਗੱਲ ਨਹੀਂ ਠੀਕ ਹੈ ਜੋ ਮਹਾਰਾਜ ਨੂੰ ਮਨਜ਼ੂਰ ਹੈ ਉਹ ਹੋਊਗਾ ਤੀਜਾ ਬੰਦਾ ਕੋਈ ਕੁਛ ਨਹੀਂ ਕਰ ਸਕਦਾ ਬਹੁਤ ਵੱਡਾ ਲੋਕਾਂ ਨੇ ਵਹਿਮ ਪਾਲਿਆ ਹੋਇਆ ਉਹ ਪਹਿਲਾਂ ਤਾਂ ਇੱਥੋਂ ਛਿੱਤਰ ਛਿੱਤਰੀ ਤੁਸੀਂ ਆਪ ਜੋ ਰਾਜਵਾਣੀ ਨੂੰ ਪੁੱਛੋ ਕਹਿੰਦਾ ਜੀ ਮੈਂ ਤਾਂ ਕਿਹਾ ਲੱਫਦਾ ਸੀ ਬੱਬਰ ਹੈ ਹੀ ਨਹੀਂ ਬੱਬਰਾਂ ਦਾ ਰੋਜ਼ ਹੀ ਨਹੀਂ ਬੈਂਸ ਸਿੰਘ ਨੂੰ ਮਾਰਨ 'ਚ ਪਹਿਲਾਂ ਫੈਸਲਾ ਹੀ ਕਰੋ ਤੁਸੀਂ ਵੀ ਤੁਸੀਂ ਬੱਬਰ ਹੋ ਕੇ ਲੱਫਾਣੇ ਹੈ ਕਿਹੜੇ ਹੋ ਉਹ ਬਿੱਲਾ ਮਰ ਗਿਆ ਖਵਾਉਣ ਵਾਲਾ ਨਹੀਂ ਬਿੱਲਾ ਰੋ ਰੋ ਕੇ ਦੱਸਦਾ ਸੀ ਸਾਰੀਆਂ ਗੱਲਾਂ ਫਿਰ ਬਲਵੰਤ ਦੇ ਇਹ ਦੋ ਜਣੇ ਲੜੇ ਆਪਸ ਉਹ ਕਹਿੰਦੇ ਭਾਈ ਤੂੰ ਕੀਤਾ ਕੀ ਹੈ ਦੱਸ ਹੁਣ ਮੈਨੂੰ ਇਹ ਦੱਸੋ ਵੀ ਬੇਅੰਤ ਸਿੰਘ ਮਾਰਤਾ ਬੇਅੰਤ ਸਿੰਘ ਰਾਜ ਇਹਨੇ ਹਵਾਰੇ ਨੇ ਕਿਆ ਕਰਿਆ ਬੇਅੰਤ ਸਿੰਘ ਨੂੰ ਮਾਰਨ 'ਚ ਚਲੋ ਪੁਲਿਸ ਮਾੜੀ ਹੈ ਜੀ ਪੁਲਿਸ ਨਜਾਇਜ਼ ਬੰਦੇ ਮਾਰਦੀ ਹੈ ਉਹ ਯਾਰ ਜਦੋਂ ਬੇਅੰਤ ਸਿੰਘ ਮਰਿਆ ਉਹਦੇ ਨਾਲ 18 ਬੰਦੇ ਮਰੇ ਨੇ 18 ਪਰਿਵਾਰ ਉਹ ਕਿਸੇ ਨੇ ਵਾਟ ਪੁੱਛੀ ਉਹਨਾਂ ਦੀ ਮੁੜ ਕੇ 18 ਪਰਿਵਾਰ ਉਹ ਖਤਮ ਹੋ ਗਏ ਪੁਲਿਸ ਵਾਲੇ ਕਿਸੇ ਨੂੰ ਇੱਕ ਨੂੰ ਮਾਰ ਦਿੰਦੇ ਨੇ ਮਾਰ ਕੇ ਰੌਲਾ ਪੈਂਦਾ ਪੁਲਿਸ ਨਜਾਇਜ਼ ਮਾਰਦੀ ਹੈ ਜਿਹੜੇ ਆ 18 ਮਰੇ ਇਹ ਕਿੱਧਰ ਗਏ ਇਹਨਾਂ ਦਾ ਜਵਾਬਦੇਹ ਕੌਣ ਹੈ ਕੋਈ ਹੈ ਇਹਨਾਂ ਦਾ ਜਵਾਬਦੇਹ ਮੈਨੂੰ ਦੱਸੋ ਫਿਰ ਗੱਲਾਂ ਕਰਨ ਨੂੰ ਤਾਂ ਫਿਰ ਉੱਥੇ ਹੀ ਮੁੱਕਦੀਆਂ ਉਹ ਵਿਚਾਰਾ ਨਿਹੰਗ ਕਿੰਨੀ ਦੇਰ ਜਿਹੜੇ ਧੱਕੇ ਖਾਂਦਾ ਰਿਹਾ ਉਹਦੀ ਕੁੜੀ 13-14 ਸਾਲ ਦੀ ਉਹਦੀ ਉਮਰ ਸੀ ਉਹਦੀ ਵਾਟ ਪੁੱਛੀ ਇਹਨਾਂ ਨੇ ਮੁੜ ਕੇ ਅੱਜ ਤੱਕ ਜਿਹੜਾ ਹਰਦੀਪ ਕੌਰ ਦਾ ਸਾਰਾ ਪਰਿਵਾਰ ਖਤਮ ਕਰਤਾ ਇਹਨਾਂ ਨੇ ਠੀਕ ਹੈ ਐਡੀ ਕਿਸੇ ਦਾ ਕਿਸੇ 'ਤੇ ਵੀ ਲਾ ਲਓ ਇਹ ਜਿਹੜੀਆਂ ਗੱਲਾਂ ਨੇ ਨਾ ਜੋ ਮੈਂ ਕਹੀਆਂ ਨੇ ਮੈਂ ਇਹਨਾਂ ਦਾ ਜਵਾਬ ਦੇ ਹਾਂ ਠੀਕ ਹੈ ਕਿਸੇ ਬੰਦੇ ਨੇ ਕੋਈ ਸ਼ੱਕ ਹੈ ਉਹ ਬਲਵੰਤ ਪਟਿਆਲੇ ਬੈਠਾ ਠੀਕ ਹੈ ਉਹਦੇ ਨਾਲ ਗੱਲ ਕਰ ਲਓ ਮੈਨੂੰ ਸੱਦ ਲਓ ਜੋ ਹੋਏਗੀ ਗੱਲ ਸਾਹਮਣੇ ਹੋਏਗੀ ਹੁਣ ਉਹ ਤਾਂ ਕਹਿੰਦੇ ਵੀ ਅਸੀਂ ਬੰਦੇ ਹੀ ਨਹੀਂ ਇਹਨਾਂ ਨੂੰ ਬੱਬਰਾਂ ਨੂੰ ਅਸੀਂ ਤਾਂ ਕੇਰ ਲੈ ਫੜਿਆ ਉਹਦਾ ਜਵਾਬ ਦੇਣੇ ਜਿਹੜਾ ਹੋਰ ਵੀ ਕੋਈ ਕਹਿੰਦਾ ਝੂਠ ਬੋਲ ਰਿਹਾ ਜੀ ਉਹ ਯਾਰ ਮੈਂ ਕੀ ਭਾਨ ਲੈਣੀ ਹੈ ਝੂਠ ਬੋਲ ਕੇ ਸਾਡੇ ਤੋਂ ਮੈਨੂੰ ਦੱਸੋ ਇੰਨੇ ਸਾਲ ਨਹੀਂ ਮੈਂ ਬੋਲਿਆ ਉਹ ਤਾਂ ਜਦੋਂ ਹੁਣ ਤੁਸੀਂ ਕੋਈ ਨਾ ਕੋਈ ਇੱਧਰ ਛੇੜਖਾਨੀ ਕਰਦਾ ਕਿਤਾਬ ਲਿਖੋ ਜੇ ਤੁਸੀਂ ਕਿਸੇ 'ਤੇ ਯਕੀਨ ਫੇਸ ਹੀ ਨਹੀਂ ਗਾ ਤੁਸੀਂ ਐਂ ਕਰੋ ਬੜੋ ਦਰਬਾਰ ਸਾਹਿਬ 'ਤੇ ਸੌਂ ਖਾ ਕੇ ਬੋਲ ਲੈਂਦੇ ਆ ਕਿਹੜਾ ਸੱਚ ਬੋਲਦਾ ਕਿਹੜਾ ਝੂਠ ਬੋਲਦਾ ਕੋਈ ਮੈਡਲ ਲੈਣਾ ਉਹਦੇ 'ਚੋਂ ਠੀਕ ਹੈ ਨਾ ਆਪਣਾ ਟਾਈਮ ਵੇਸਟ ਕਰਦੇ ਹਾਂ ਆਪਣੇ ਪੈਸੇ ਖਰਾਬ ਕਰਦੇ ਹਾਂ ਕੀ ਲੈਣਾ ਇਸ ਗੱਲ 'ਚੋਂ ਜੋ ਹੋ ਰਿਹਾ ਉਹ ਆਪਣੀ ਥਾਂ ਵਧੀਆ ਮੌਜ ਕਰਦੇ ਨੇ ਆਪਾਂ ਕਿਸੇ ਦੀ ਗਿਣਤੂ ਪ੍ਰੰਤੂ 'ਚ ਨਹੀਂ ਪੈਂਦੇ ਠੀਕ ਹੈ ਇਹ ਜਿਗਰੇ ਮੁੱਲ ਨਹੀਂ ਮਿਲਦੇ ਇਹ ਮਾਂ ਜਦੋਂ ਜੰਮਦੀ ਆ ਉਦੋਂ ਹੀ ਆਉਂਦੇ ਨੇ ਬੜੀ ਦੁਨੀਆ ਮੈਂ ਦੇਖੀ ਹੈ ਕਿੰਨੇ ਕੁ ਪੁਲਿਸ ਵਾਲੇ ਮੈਂ ਦੇਖੇ ਵੀ ਜਿਹੜੇ ਇਹਦੇ ਮਗਰ ਲੱਗ ਜਾਣਾ ਮੈਨੂੰ ਪਤਾ ਵੀ ਮੈਂ 2 ਮਹੀਨੇ ਇੱਕ ਟਰੱਕ ਲੈ ਕੇ ਉਸ ਟਰੱਕ ਦੇ ਵਿੱਚੋਂ ਨਿਕਲਿਆ ਨਹੀਂ ਟਰੱਕ ਦੇ ਵਿੱਚ ਹੀ ਰਿਹਾ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਜਿੱਥੇ ਨਹੀਂ ਸੀ ਪਹੁੰਚਣਾ ਉੱਥੇ ਉਹ ਰਜੌਰੀ ਤੱਕ ਵੀ ਗਿਆ ਜਿਸ ਦਿਨ ਇਹ ਆਏ ਨੇ ਸੁੱਖੇ ਨਾਲ ਲਾਉਣੀ ਇਹਨਾਂ ਨਾਲ 12-2 ਬੰਦੇ ਆਏ ਸੀ ਉਹ ਬੰਦੇ ਵੀ ਫੜੇ ਬਾਅਦ ਰਜੌਰੀ ਤੋਂ ਫਿਰ ਮਸਲਾ ਸਾਰਾ ਚੁੱਕਾ ਕੇ ਲਿਆਇਆ ਗੱਲ ਇਹ ਹੈ ਵੀ ਕਿਸੇ ਦੀ ਥਾਪੀ ਦੇਣ ਨਾਲ ਕੋਈ ਦਲੇਰ ਨਹੀਂ ਹੋ ਜਾਂਦਾ ਮੈਂ ਕੰਬਦੇ ਪੁਲਿਸ ਵਾਲੇ ਆਪਣੇ ਸਾਹਮਣੇ ਦੇਖੇ ਨੇ ਠੀਕ ਹੈ ਉਹ ਹੁਣ ਜੇ ਪਿੱਠ ਪਿੱਛੇ ਬੈਠ ਕੇ 2 ਗੱਲਾਂ ਤਾਂ ਕੋਈ ਵੀ ਕਰ ਸਕਦਾ ਉਹਨਾਂ ਦਾ ਕੋਈ ਮੁੱਲ ਤਾਂ ਲੱਗਦਾ ਨਹੀਂ ਭੈਣਾਂ ਵਾਲੇ ਜਿਹੜੇ ਰਿਸ਼ਤੇ ਨੇ ਉਹ ਭੈਣਾਂ ਵਾਲੇ ਹੁੰਦੇ ਨੇ ਇਹਦੇ ਪਿੰਡ ਤੋਂ 2 ਕਿਲੋਮੀਟਰ ਦਾ ਹਰਦੀਪ ਕੌਰ ਦਾ ਪਿੰਡ ਦਾ ਫਰਕ ਹੈ ਇਹ ਇਕੱਠੇ ਇੱਕ ਸਕੂਲ 'ਚ ਪੜ੍ਹਦੇ ਸੀ ਵਾਲੀਬਾਲ ਦਾ ਪਲੇਅਰ ਸੀ ਕੈਂਪ ਲੱਗਿਆ ਵਾਲੀਬਾਲ ਦਾ ਇਹਨਾਂ ਦੋਨਾਂ ਨੇ ਉਹ ਕੈਂਪ ਅਟੈਂਡ ਕੀਤਾ ਉੱਥੇ ਸਕੂਲ ਛੁੱਟ ਗਿਆ ਸੀ ਜੋ ਕੁਛ ਚੰਗਾ ਮਾੜਾ ਇਹਨੇ ਉਸ ਕੈਂਪ 'ਚ ਹੀ ਉਹਦੇ ਨਾਲ ਕੀਤਾ
ਉਸ ਤੋਂ ਬਾਅਦ ਉਹਦੇ ਘਰਦਿਆਂ ਨੇ ਉਹ ਵਿਆਹ ਨਹੀਂ ਸੀ ਕਰਾਉਂਦੀ। ਕੇਰਲਾ ਫੌਜੀ ਸੀਗਾ, ਉਹਦੀ ਡਿਊਟੀ ਕੇਰਲਾ ਸੀ, ਉਹਨੂੰ ਕੇਰਲਾ ਵਿਆਹ ਕੇ ਭੇਜਤਾ ਉੱਥੇ। ਉਹ ਫੈਮਿਲੀ ਕੁਆਰਟਰ 'ਚ ਫੌਜੀ ਨੇ 2 ਸਾਲ ਉੱਥੇ ਰੱਖੀ। ਉਹਦੀ ਇੱਕ ਛੋਟੀ ਭੈਣ ਹੈ ਡੁੱਡੀ, ਉਹ ਸਮਰਾਲੇ ਰਹਿੰਦੀ ਹੈ, ਪੈਰ ਤੋਂ ਡੁੱਡੀ ਹੈ, ਉਹ ਇਕੱਲੀ ਹੈ। ਉਹਨੇ ਅੱਡ ਕਮਰਾ ਲਿਆ, ਹਰਦੀਪ ਕੌਰ ਨੇ ਅੱਡ ਲਿਆ ਹੋਇਆ। ਇਹ ਜਦੋਂ ਬੜੈਲ ਜੇਲ੍ਹ ਟੁੱਟੀ ਹੈ, ਇਹ ਸਿੱਧਾ ਪਹੁੰਚਿਆ ਡੁੱਡੀ ਕੋਲ, ਡੁੱਡੀ ਇਹਨੂੰ ਲੈ ਗਈ ਹਰਦੀਪ ਕੋਲ। ਹਰਦੀਪ ਦਾ ਘਰ ਵਾਲਾ ਉਸ ਵੇਲੇ ਜੰਮੂ ਪੋਸਟਡ ਸੀ, ਉਹਦੀ ਕੁੜੀ ਤਾਂ ਇੱਕ ਮੁੰਡਾ ਸੀ, ਇਹ ਉਹਦੇ ਘਰ ਜਾਂਦਾ ਸੀ, ਆਰਾਮ ਨਾਲ ਉੱਥੇ ਰਹਿੰਦਾ ਸੀ। ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਵੀ ਇਹ ਮੇਰਾ ਹਸਬੈਂਡ ਹੈ ਜੀ, ਨਾ ਕੋਈ ਸ਼ੱਕ ਕਰਦਾ ਸੀ। ਹੁਣ ਜਦੋਂ ਆਪਾਂ ਗੱਲਾਂ ਕਰਦੇ ਹਾਂ, ਗੱਲਾਂ 'ਚੋਂ ਗੱਲਾਂ ਨਿਕਲਦੀਆਂ, ਇੱਕ ਧਰਮਿੰਦਰ ਹੈ ਮੁੰਡਾ, ਮਰਿੰਡੇ ਉਹਦੀ ਮੈਡੀਸਨ ਦੀ ਦਵਾਈ ਹੈ ਦੁਕਾਨ ਹੈ, ਇਹ ਹਵਾਰਾ ਆਮ ਉਹਦੇ ਕੋਲ ਜਾਂਦਾ ਸੀ ਧਰਮਿੰਦਰ ਕੋਲ। ਉਹਨੂੰ ਮੈਂ CIA ਰੋਪੜ ਸਾਫ਼ ਕੀਤਾ ਚੰਗੀ ਤਰ੍ਹਾਂ, ਅਜੇ ਵੀ ਉਹ ਜਿਉਂਦਾ। ਉਹ ਕਹਿੰਦਾ ਜੀ ਦਿਵਾਲੀ ਦਾ ਇੱਕ ਦਿਨ ਪਹਿਨਾ ਇਹਨੇ ਬਲੈਕ ਲੇਬਲ ਦੀ ਬੋਤਲ ਮੇਰੇ ਤੋਂ ਹਵਾਰੇ ਨੇ ਮੰਗਾਈ ਔਰ ਲੈ ਕੇ ਗਿਆ ਮੇਰੇ ਤੋਂ, ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਨਾਲ ਗੱਲ ਕਰ ਲਿਓ ਉੱਥੋਂ। ਇਹੀ ਜਿਹਾ ਬਹੁਤ ਜਿਹੜੀਆਂ ਗੱਲਾਂ ਕਰੈਕਟਰ ਬਾਰੇ ਮੈਂ ਨਹੀਂ ਕਰਦਾ, ਨਾ ਮੈਨੂੰ ਜ਼ਰੂਰਤ ਹੈ, ਬਟ ਜਦੋਂ ਇੱਧਰ ਉੱਧਰੋਂ ਕੋਈ ਛੇੜਖਾਨੀ ਕਰਦੇ ਨੇ ਨਾ, ਦੇਖੋ ਦਲੇਰ ਬੜੇ ਤੋਂ ਬੜੇ ਲੋਕ ਹੋਏ ਨੇ, ਉੱਪਰ ਤੋਂ ਉੱਪਰ ਹੋਏ ਨੇ, ਦੁਨੀਆ ਹੋਰ ਪਰੇ ਪਰੇ ਹੋਰ, ਅੰਤ ਕਿਸੇ ਚੀਜ਼ ਦਾ ਪਾਇਆ ਨਹੀਂ ਗਿਆ। ਬਟ ਜੋ ਗੱਲ ਹੈਗੀ ਹੈ ਠੀਕ ਹੈ, ਸਭ ਨੂੰ ਪਤਾ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਬਲਵੰਤ ਸਿੰਘ ਲਾਜੋਵਾਲਾ ਸਿਪਾਹੀ ਸੀਗਾ ਪਟਿਆਲੇ, ਪਰਮ ਲਾਜੋਵਾਲਾ ਨਗਰ SP, ਉਹਦੀ ਕੋਠੀ ਉਗਾਰ 'ਤੇ ਸੀਗਾ, ਦਿਲਾਵਰ ਉੱਥੇ SPO ਸੀ। ਹਰ ਮਹੀਨੇ ਇਹੀ ਪ੍ਰੋਬਲਮ ਆਉਂਦੀ ਸੀਗੀ, ਜਿਹੜੀ ਤਨਖਾਹ ਸੀ ਉਹਦੀ, ਉਹ ਬੈਂਕ 'ਚੋਂ ਜਮ੍ਹਾਂ ਹੁੰਦੀ ਸੀ ATM 'ਚ, ਇਹਨੇ ਆਪਣੇ ਪਿਓ ਨੂੰ ATM ਕਾਰਡ ਦਿੱਤਾ ਹੋਇਆ ਸੀ। ਉਹ ਮਹਿਕਮੇ ਵਾਲੇ ਤਨਖਾਹ ਉਹਦੇ ਖਾਤੇ 'ਚ ਪਾਉਂਦਾ ਹੀ ਨਹੀਂ ਸੀ। ਉਹ ਮੈਨੂੰ ਟੈਲੀਫੋਨ ਕਰਦਾ ਸੀ ਲੁਧਿਆਣੇ ਵੀ ਭਾਅ ਜੀ ਬੈਂਕ ਖੜ੍ਹੇ ਫਾਦਰ ਤਨਖਾਹ ਦਵਾਓ। ਮੈਂ ਉਹਨੂੰ ਹਰ ਮਹੀਨੇ ਤਨਖਾਹ ਦਵਾਉਂਦਾ ਰਿਹਾ ਰਾਜਵਾਣੇ ਨੂੰ, ਪਾਉਂਦੇ ਇਸ ਕਰਕੇ ਨਹੀਂ ਸੀ ਜਿਹੜੀ ਗੱਲ ਤੋਂ ਜੇਲ੍ਹ 'ਚ ਬੈਠਾ ਸੀ ਅੰਦਰ, ਹੀ ਵਾਜ਼ ਇਨ ਜੇਲ੍ਹ। ਉਹ ਫਿਰ ਹਾਈ ਲੈਵਲ 'ਤੇ ਗੱਲ ਕਰਕੇ ਉਹਦੀ ਤਨਖਾਹ ਪਵਾ ਕੇ ਉਹਦਾ ਪਿਓ ਜਿਹੜਾ ਉਹ ATM 'ਚੋਂ ਤਨਖਾਹ ਕਢਾ ਕੇ ਲਿਜਾਂਦਾ ਰਿਹਾ। ਜੇ ਕਿਸੇ ਨੂੰ ਕੋਈ ਵਹਿਮ ਹੋਵੇ ਤਾਂ ਉਸ ਗੱਲ ਦਾ ਵੀ ਜਵਾਬ ਮੈਂ ਦੇ ਸਕਦਾ, ਕੋਈ ਗੱਲ ਨਹੀਂ। ਗੱਲਾਂ ਨੂੰ ਛੇੜਾਂਗੇ, ਇਹ ਖਿੱਦੋ ਹੈ, ਇਹ ਜੋ ਲੀਰਾਂ ਤੋਂ ਮਿਲਣਾ ਨਿਕਲਣਾ ਕੁਛ ਨਹੀਂ। ਹਾਂ, ਜੇ ਕਿਸੇ ਨੂੰ ਜ਼ਿਆਦਾ ਚਾਅ ਹੈ ਤਾਂ ਖੁੱਲ੍ਹ ਕੇ ਆਵੇ, ਫਿਰ ਐਡੀ ਕਿੱਡੀ ਕੀ ਪ੍ਰੋਬਲਮ ਹੈ।